ਵਾਹ ਕਿਸਮਤ ਹੋਵੇ ਤਾਂ ਅਜੀ 8 ਡਾਲਰ ਚ ਇੱਕ ਵਿਅਕਤੀ ਨੇ ਜਿੱਤੀ 55 ਕਰੋੜ ਡਾਲਰ ਦੀ ਲਾਟਰੀ ਪੇਸ਼ਾ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਇੱਕ ਕਹਾਵਤ ਹੈ ਕਿ ਰੱਬ ਜਦੋਂ ਵੀ ਦਿੰਦਾ ਤਾਂ ਛੱਪੜ ਫਾੜ ਕੇ ਦਿੰਦਾ ਕਈ ਵਾਰ ਕਿਸੇ ਇਨਸਾਨ ਦੀ ਕਿਸਮਤ ਬਦਲਣ ਵਿੱਚ देर ਨਹੀਂ ਲੱਗਦੀ ਅਤੇ ਕੋਈ ਵੀ ਸ਼ਖਸ ਇੱਕ ਪਲ ਵਿੱਚ ਗੰਗਾਲ ਤੋਂ ਰਾਜਾ ਬਣ ਜਾਂਦਾ ਹੈ। ਅਜਿਹਾ ਇੱਕੋ ਜਿਹਾ ਅਮਰੀਕਾ ਦੀ ਵਿਅਕਤੀ ਨਾਲ ਹੋਇਆ ਜਿਸ ਨੇ ਆਪਣੀ ਕਿਸਮਤ ਅਜ਼ਮਾਉਣ ਲਈ 10 ਡਾਲਰ ਤੋਂ ਘੱਟ ਰੁਪਏ ਖਰਚ ਕੀਤੇ। ਦੁਨੀਆ ਦੀ ਨੋਮੀ ਸਭ ਤੋਂ ਵੱਡੀ ਲਾਟਰੀ ਜਿੱਤ ਲਈ। ਇਨਾਮ ਵਜੋਂ ਉਸ ਨੂੰ ਇੰਨਾ ਪੈਸਾ ਮਿਲਿਆ ਕਿ ਉਸ ਦੀਆਂ ਕਈ ਪੀੜ੍hiyan ਘਰ ਬੈਠ ਕੇ ਖਾ ਸਕਦੀਆਂ ਨੇ। ਦੱਸ ਦਈਏ ਕਿ ਵਿਅਕਤੀ ਨੇ ਸਿਰਫ 8 ਡਾਲਰ ਦੀ ਲਾਟਰੀ ਖਰੀਦੀ ਸੀ ਅਤੇ ਜੈਕਪੌਟ ਲੱਗਣ ਤੋਂ ਬਾਅਦ ਉਸ ਨੂੰ 55 ਕਰੋੜ ਡਾਲਰ ਦੀ ਰਕਮ ਮਿਲੀ ਹੈ। ਦੁਨੀਆ ਦੀ ਸਭ ਤੋਂ ਵੱਡੀ ਲਾਟਰੀ ਵੇਚਣ ਵਾਲੀ ਕੰਪਨੀ ਮੈਗਾ ਵਿਨਿਅਸ ਅਤੇ ਵੈੱਬਸਾਈਟ ਮੁਤਾਬਿਕ ਇਲਿਨੋਇਸ ਰਾਹੀਂ 6 ਅੰਕਾਂ ਵਾਲੀ ਲਾਟਰੀ ਖਰੀਦਣ ਵਾਲੇ ਵਿਅਕਤੀ ਨੇ ਸਾਰੇ ਨੰਬਰਾਂ ਨਾਲ ਮੇਲ ਖਾਦਾ ਅਤੇ ਪਹਿਲਾ ਇਨਾਮ ਜਿੱਤਿਆ ਕੰਪਨੀ ਵੱਲੋਂ 56 ਕਰੋੜ ਡਾਲਰ ਕਰੀਬ 4648 ਕਰੋੜ ਰੁਪਏ ਇਨਾਮ ਵਜੋਂ ਜਿੱਤੇ ਜਾਣਗੇ ਹਾਲਾਂਕਿ ਜੇਕਰ ਵਿਅਕਤੀ ਇੱਕ ਮੁਝ ਨਗਦ ਵਿੱਚ ਆਪਣਾ ਇਨਾਮ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ 264 ਮਿਲੀਅਨ ਡਾਲਰ ਯਾਨੀ 219 2191 ਕਰੋੜ ਰੁਪਏ ਮਿਲਣਗੇ ਦੁਜੇ ਪਾਸੇ ਲਾਟਰੀ ਦੇ ਇਤਿਹਾਸ ਵਿੱਚ ਨਵੀਂ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ ਲਟਰੀ ਵੇਚਣ ਵਾਲੀ ਵੈੱਬਸਾਈਟ ਨੇ ਜੇਤੂ ਦਾ ਨਾਮ ਗੁਪਤ ਰੱਖਿਆ ਕੰਪਨੀ ਨੇ ਕਿਹਾ ਕਿ ਉਸਨੇ 1937406369 ਨੰਬਰ ਦੀ ਲਾਟਰੀ ਖਰੀਦੀ ਸੀ ਇਸ ਤੋਂ ਬਾਅਦ ਸਾਨੂੰ 3 ਮਹੀਨੇ ਤੱਕ ਇੰਤਜ਼ਾਰ ਕਰਨਾ ਪਿਆ ਲਾਟਰੀ ਦੇ ਨਿਯਮਾਂ ਮੁਤਾਬਿਕ ਜੇਕਰ ਇਨਾਮੀ ਰਕਮ 2.5 ਲੱਖ ਡਾਲਰ ਤੋਂ ਵੱਧ ਹੈ ਤੇ ਆਪਣਾ ਨਾਮ ਗੁਪਤ ਰੱਖ ਸਕਦਾ ਹੈ ਇਸ ਤੋਂ ਪਹਿਲਾਂ 26 ਮਾਰਚ ਨੂੰ ਇੱਕ ਵਿਅਕਤੀ ਨੇ 1.12 ਅਰਬ ਡਾਲਰ ਦੀ ਲਾਟਰੀ ਜਿੱਤੀ ਸੀ ਲਾਟਰੀ ਦੇ ਇਤਿਹਾਸ ਵਿੱਚ ਇਹ ਹੁਣ ਤੱਕ ਦੀ 25 ਸਭ ਤੋਂ ਵੱਡੀ ਜਿੱਤ ਹੈ